ਔਰ ਇਹ ਜਿਹੜੀਆਂ ਗੱਲਾਂ ਕਰਦੇ ਸੀ ਵੀ ਅਸੀਂ ਜਿਹੜੇ ਆ ਜੀ ਸਕੋਰਟੀ ਨਹੀਂ ਲਿਆਂਗੇ ਅਸੀਂ ਕੋਠੀ ਨਹੀਂ ਲਿਆਂਗੇ ਭਗਤ ਮਾਨ ਜਿੰਨੀਆਂ ਗੱਲਾਂ ਕਰਦਾ ਸੀ ਜੀ ਬਾਦਲ ਸਾਹਿਬ ਦੀਆਂ ਤਾਂ ਫੋਟੋ ਬਾਂਡਿਆਂ ਤੇ ਫੋਟੋ ਲਾ ਰੱਖੀ ਐ ਹੁਣ ਭਗਤ ਮਾਨ ਨੂੰ ਪੁੱਛੋ ਤੇਰੀ ਫੋਟੋ ਕਿੱਥੇ ਵੀ ਉਹ ਹੈਲੀਕਾਪਟਰ ਹੈਲੀਕਾਪਟਰ ਤੋਂ ਨਹੀਂ ਹੁੰਦੇ ਚੰਨੀ ਨਹੀਂ ਉਤਰਦਾ ਬਾਦਲ ਨਹੀਂ ਉਤਰਦਾ ਤੇ ਚੰਨੀ ਆ ਜਿਹੜਾ ਇਹ ਜਿਹੜਾ ਉਤਰਦਾ ਹੋਟਲ ਉਹ ਹੈਲੀਕਾਪਟਰ ਤੋਂ ਉਤਰਦਾ ਦੇਖੋ ਤਾਂ ਸਹੀ ਉਹ ਬਜਟ ਦੇਖੋ ਖਰਚੇ ਦੇਖੋ ਇਹ ਸਾਰੀ ਚੀਜ਼ਾਂ ਲੋਕਾਂ ਨੂੰ ਸਮਝ ਆ ਰਹੀ ਹੈ ਲੋਕਾਂ ਨੂੰ ਪੂਰੀ ਸਮਝ ਆ ਗਈ ਔਰ ਇਹ ਗੱਲ ਕਹਿੰਦਾ ਵੀ ਜਿੰਨੀ ਫੇਲ ਇਹ ਸਰਕਾਰ ਹੈ ਜ਼ਿੰਦਗੀ ਚ ਔਰ ਕਿੱਥੇ ਵੀ ਨਹੀਂ ਹੋਣੀ ਇੰਨੀ ਫੇਲ ਤਾਂ ਸ਼੍ਰੋਮਣੀ ਕਾਲੀ ਗੱਲ ਬਾਰੇ ਗੱਲ ਕੀਤੀ ਹੈ ਜੀ ਭਵਿੱਖ ਦੇ ਵਿੱਚ ਲੱਗਦਾ ਕੋਈ ਇਹਨਾਂ ਨਾਲ ਸਾਂਝ ਹੋ ਸਕਦੀ ਹੈ ਭਵਿੱਖ 'ਚ ਕੋਈ ਗੱਠ ਜੋੜ ਹੋ ਸਕਦਾ ਹੈ ਇਹ ਦੇਖੋ ਭਾਰਤੀ ਜਨਤਾ ਪਾਰਟੀ ਦੇ ਸਾਡੇ નેਤਰਤਵ ਨੇ ਸਾਡੇ ਸੈਂਟਰ ਦੇ ਲੀਡਰ ਨੇ ਸਪਸ਼ਟ ਹੀ ਕਹਿਤਾ ਕਿ ਪੰਜਾਬ ਚ ਨਿਰੋਲ ਕੱਲੇ ਚੋਣ ਲੜਾਂਗੇ ਕਮਲ ਦੇ ਫੁੱਲ ਤੇ 13 ਦੀ 13 ਸੀਟਾਂ ਲੜਾਂਗੇ ਪਾਰਲੀਮੈਂਟ ਦੀ ਔਰ 117 ਦੀ 17 ਸੀਟਾ ਵਿਧਾਨ ਸਭਾ ਦੀ ਲੜਾਂਗੇ ਕਿਸੇ ਨਾਲ ਕੋਈ ਲੈਫ ਨਹੀਂ ਕਰਾਂਗੇ ਸਰ ਜਿਹੜਾ ਇਹ ਪਿਛਲੇ ਦਿਨੀ ਲੰਪੀਸਕਨ ਨਾਂ ਦੀ ਬਿਮਾਰੀ ਆਉਂਦੀ ਇੱਕ ਪਾਸੇ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਗਾਂ ਨੂੰ ਮਾਤਾ ਵਜੋਂ ਪੂਜਦੇ ਨੇ ਪਰ ਭਾਜਪਾ ਦੇ ਲੀਡਰਾਂ ਦਾ ਬਿਆਨ ਤੱਕ ਨਹੀਂ ਆਇਆ ਦੇਸ਼ 'ਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੰਪੀਸਕੇਨ ਨਾਲ ਕਿੰਨੇ ਪਸ਼ੂ ਜਿਹੜੇ ਮਾਰੇ ਗਏ گاਵਾ ਖਾਸ ਕਰਕੇ ਟਾਰਗੇਟ ਹੋਈਆਂ ਉਹਨਾਂ ਨੂੰ ਮੌਤ ਹੋਈ ਉਹਨਾਂ ਦੀ ਉਹਨਾਂ ਦੇ ਕੋਈ ਮੁਆਵਜ਼ੇ ਦੀ ਗੱਲ ਨਹੀਂ ਨਾ ਸੈਂਟਰ ਵੱਲੋਂ ਨਾ ਸੂਬਾ ਸਰਕਾਰਾਂ ਵੱਲੋਂ ਨਾ ਭਾਜਪਾ ਦੇ ਲੀਡਰ ਜਿਹੜੇ ਖਾਸ ਕਰਕੇ ਸਨਾਤਨੀ ਧਰਮ ਦੇ ਅਨੁਸਾਰ ਉਹਨਾਂ ਨੂੰ ਮਾਤਾ ਦੀ ਮਤਲਬ ਪੂਜਾ ਕਰਦੇ ਮਾਤਾ ਵਜੋਂ ਉਹਦਾ ਬਿਆਨ ਤੱਕ ਨਹੀਂ ਆਇਆ ਦੇਖੋ ਗੱਲ ਸੁਣੋ ਉਹਨਾਂ ਸਟੇ ਸਟੇ ਜਿਹੜੀ ਸਰਕਾਰ ਹੁੰਦੀ ਹੈ ਨਾ ਸਾਰਾ ਕੰਮ ਉਹਦਾ ਤੁਸੀਂ ਯੂਪੀ ਦੇਖੋ ਕੀ ਨਹੀਂ ਕੀਤਾ ਉੱਥੇ ਯੋਗ ਨਹੀਂ ਕੀਤਾ ਕੀ ਕੀਤਾ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਸਭ ਕੁਝ ਹੋਇਆ ਹੈ ਹੋਇਆ ਤਾਂ ਉੱਥੇ ਨਹੀਂ ਜਿੱਤੇ ਇਹਨਾਂ ਦੀ ਸਰਕਾਰ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਸਰਕਾਰ ਇਤੇ ਹੈ ਜਾਂ ਦਿੱਲੀ ਚ ਹੈ ਜਿੱਥੇ ਜਿੱਥੇ ਯਕ ਕਾਂਗਰਸੀ ਰਾਜਸਥਾਨ ਉੱਥੇ ਗੱਲ ਨਹੀਂ ਹੋਈ ਉੱਥੇ ਸਮਾਜਿਕ ਲੋਕਾਂ ਨੇ ਕੰਮ ਕੀਤਾ ਔਰ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਤੇ ਯੋਗੀ ਯੂਪੀ ਜਾ ਕੇ ਦੇਖੋ ਕਿਸ ਤਰ੍ਹਾਂ ਦਵਾਈਆਂ ਵੀ ਹਰ ਇੱਕ ਟ੍ਰੀਟਮੈਂਟ ਵੀ ਸਾਰਾ ਕੁਝ ਹੋਇਆ ਹੈ ਮੇ ਡੀਬੀਡੀ ਸਟੇਟ ਹੈ ਇਹ ਨਾ ਕਹੋ ਤੁਸੀਂ ਵੀ ਭਾਰਤੀ ਜਨਤਾ ਪਾਰਟੀ ਕੰਮ ਕਰਦੀ ਹੈ ਜਿੱਥੇ ਪੰਜਾਬ ਦੇ ਵਿੱਚ ਦੇਖੋ ਸਰਕਾਰ ਨੇ ਕੰਮ ਕਰਨਾ ਹੁੰਦਾ ਪਰ ਕੇਂਦਰ ਦਾ ਵੀ ਤਾਂ ਕੋ ਹੱਕ ਬਣਦਾ ਸੀ ਜੀ ਕਿਉਂਕਿ ਬਹੁਤ ਵੱਡੀ ਮਹਾਮਾਰੀ ਸੀ ਕੇਂਦਰ ਦਾ ਹੱਕੇ ਬਣਦਾ ਵੀ ਇਹ ਜਾਨ ਜਿਹੜੀ ਕੇਂਦਰ ਤੋਂ ਸਹਾਇਤਾ ਲੈਣੀ ਹੈ ਕੇਂਦਰ ਦਾ ਹੱਕ ਬਣਦਾ ਉਹ ਸਹਾਇਤਾ ਪੰਜਾਬ ਨੂੰ ਦੇ ਰਹੀ ਹੈ ਵਿਤਰਕਾ ਨਹੀਂ ਸੈਂਟਰ ਵਿਤਰਕਾ ਨਹੀਂ ਕਰਦਾ ਜਿੰਨਾ ਹਿੱਸਾ ਬਣਦਾ ਓਨਾਂ ਦੇ ਰਹੇ ਨੇ ਸਰਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਲਦਾ ਜਿਹੜੇ ਲੋਕ ਸਜ਼ਾ ਪੂਰੀ ਕਰ ਚੁੱਕੇ ਆ ਓਦੇ ਬਾਰੇ ਕਿਵੇਂ ਤੁਸੀਂ ਸੋਚਦੇ ਹੋ ਵੀ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ 100% ਕਰਨਾ ਚਾਹੀਦਾ ਇਹ ਪ੍ਰਜਾਤੰਤਰ ਦੇਸ਼ ਹੈ ਔਰ ਪ੍ਰਜਾਤੰਤਰ ਦੇਸ਼ ਦੇ ਵਿੱਚ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਠੀਕ ਹੈ ਕੋਈ ਵੀ ਐਕਸਪੀਰਜ ਹੋਵੇ ਭਾਵੇਂ ਸਿੰਘ ਹੋਣ ਭਾਵੇਂ ਕੋਈ ਵੀ ਹੋਵੇ ਜਿਨਨੇ ਆਪਣੀ ਸਜ਼ਾ ਪੂਰੀ ਕਰ ਲਈ ਇਹ ਸਧਾਰ ਤੇ ਰੱਖਣਾ ਕਿ ਵੀ ਇਹ ਬਾਹਰ ਜਾਏਗਾ ਤਾਂ ਕੋਈ ਦੰਗੇ ਭੜਕਣਗੇ ਜਾਂ ਅਮਨ ਸ਼ਾਂਤੀ ਭੰਗ ਹੋਏਗੀ ਇਹ ਸੋਚ ਕੇ ਕਦੇ ਅੰਦਰ ਨਹੀਂ ਰੱਖਣਾ ਚਾਹੀਦਾ ਜਿਹਦਾ ਜੇਲ ਦੇ ਵਿੱਚ ਰਿਕਾਰਡ ਜਿਹੜਾ ਹੈ ਅੱਛਾ ਰਿਕਾਰਡ ਹੈ ਜੀ ਉਹਨੂੰ ਰਿਹਾ ਤੁਰੰਤ ਕਰਨਾ ਚਾਹੀਦਾ ਹੈ ਤੋ ਰਿਹਾ ਕਰਕੇ ਉਹਦੇ ਬਾਅਦ ਅਗਰ ਕੋਈ ਬਾਹਰ ਆ ਕੇ ਗੜਬੜ ਕਰਦਾ ਤਾਂ ਕਾਨੂੰਨ ਫਿਰ ਕੰਮ ਕਰੇ ਇਸ ਸਖਤ ਦੇ ਵਿੱਚ ਕਿਸੇ ਨੂੰ ਅੰਦਰ ਰੱਖਣਾ ਗਲਤ ਹੈ ਭਾਵੇਂ ਕੋਈ ਵੀ ਹੋਵੇ ਦੇਖੋ ਵਿਸ਼ਵਾਸ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਇਸ ਤਰ੍ਹਾਂ ਇਹ ਚੀਜ਼ਾਂ ਦੇਖ ਕੇ ਜੇ ਦੇ ਵਿੱਚ ਕੀ ਹੈ ਵੀ ਆ ਇੱਕ ਨੂੰ ਰਾਏ ਦੇ ਦੇ ਤੇ ਦੂਜੇ ਨੂੰ ਨਹੀਂ ਦੇ ਦਿਓ ਨਾ ਜੀ ਤਾਂ ਉਹ ਗਲਤ ਹੋ ਰਿਹਾ ਹੈ ਸਿੰਘਾਂ ਨੂੰ ਰਹਾਏ ਹਰ ਇੱਕ ਜੋ ਵੀ ਬੰਦਾ ਹੈ ਉਹਨੂੰ ਕਰਨਾ ਚਾਹੀਦਾ ਹੈ ਔਰ ਜਿਲ੍ਹਾਂ ਦੇ ਵਿੱਚ ਜਾ ਕੇ ਦੇਖੋ ਤਾਂ ਬੜਾ ਅਚੰਭਾ ਹੁੰਦਾ ਹੈ ਜਿਲ੍ਹਾਂ ਦੇ ਵਿੱਚ 70% ਲੋਕ ਹਿੰਦੁਸਤਾਨ ਦੇ ਨਜਾਇਜ਼ ਬੈਠੇ ਨੇ ਜਿਨ੍ਹਾਂ ਦਾ ਕੋਈ ਦੋਸਤ ਨਹੀਂ ਹੈ ਜਾ ਕੇ ਦੇਖਣ ਦੱਸਿ ਕਾਨੂੰਨ ਜਿਹੜਾ ਹੈ ਨਾ ਉਹ ਨੂੰ ਸਹੀ ਤਰੀਕੇ ਨਾਲ ਜੇ ਕੰਮ ਨਹੀਂ ਕਰੇਗਾ ਅਸੀਂ ਆ ਤਾਂ ਕਾਨੂੰਨ ਬਣਾਈਏ ਨਾ ਜੇ ਕਾਨੂੰਨ ਬਣਦਾ ਤਾਂ ਇਨ ਬਿਨ ਪਾਲਣਾ ਹੋਣਾ ਚਾਹੀਦੀ ਨਹੀਂ ਤਾਂ ਕਾਨੂੰਨ ਦਾ ਮਜ਼ਾਕ ਉੱਟਦਾ ਹੈ